लो जी भाई एंट्री होने लगी पाकिस्तान। पाकिस्तान इंडिया लंघ गया। आ जीरो लाइन आ गई भाई। ए करतारपुर साहब लो जी कर लो दर्शन भाई। पहुंच गए जी पहुंच गए। ਸਸਿਕਾਲ ਜੀ ਲੋ ਜੀ ਬਾਈ ਤਿਆਰੀ ਹੈ ਜੀ ਕਰਤਾਰਪੁਰ ਸਾਹਿਬ ਨੂੰ ਜਾਣ ਦੀ ਤੇ ਸਾਡਾ 7:30 ਦੀ ਟਾਈਮਿੰਗ ਆ ਹੁਣ 6:30 ਹੋ ਗਏ ਘੰਟਾ ਹੁਣ ਦਰਬਾਰ ਸਾਹਿਬ ਉਰੇ ਡੇਰੇ ਬਾਬਾ ਨਾਨਕ ਆ ਪਹੁੰਚੇ ਵੀ ਰਾਤ ਦੇ ਉਰੇ ਮੱਥਾ ਟੇਕ ਕੇ ਵੀਰ ਫਿਰ ਅਸੀਂ ਤੁਰਨਾ ਚਾਹ ਪਾਣੀ ਪੀਏ। ਚਲੋ ਜੀ ਚੱਲਦੇ ਆ ਮਸਲ ਤੇ ਬਾਕੀ ਹਾਲ ਮਿਲਿਆ ਹੋਣਾ ਤੱਪਾਂ ਨੂੰ ਬਾਈ। ਹਾਂ ਬਾਕੀ ਆ ਬੜਾ ਵਧੀਆ ਲੱਗ ਰਿਹਾ ਹਾਲ ਬਹੁਤ ਵਧੀਆ ਦਾ ਇਹ ਤਾਂ ਪਏ ਉਰੇ ਅਸੀਂ ਟਰਾਲੀ 'ਚ ਪਏ ਬਾਈ ਕਿਉਂ ਟਰਾਲੀ 'ਚ ਵੀ ਸਮਾਨ ਤਾਂ ਚਾਰ ਜਣੇ ਅਸੀਂ ਬਾਕੀ ਵਧੀਆ ਰਹੇ ਬਾਈ ਜਿੱਦਾਂ पाकिस्तान तो भी कदों को पहुंचे थे वो भी टाइमिंग पूछे थे यानी अभी 7:30 उरे ते तुर पड़ा 7 बजे चले होने हुण दरबार साहब मत्था टेकन चले डेरा बाबा नानक। अपना रजाइया गद्दे सारा लगे हुए कमरे में गीजर लगे हुआ गर्म पानी मिलिया भी बहुत वधिया सहूलत थी इन्हां दी। बाकी हुण असीं लगे चाले पाउणा उरे मत्था टेक के डेरा बाबा नानक साहब ते जाणा जी असीं अपना करतारपुर साहिब नूं 7:30 ਅਸੀਂ ਪਹੁੰਚ ਜਾਣਾ ਜੀ ਬਾਰਡਰ ਪਰ 8:00 ਲਾਈਨ ਲੱਗੂਗੀ ਉੱਥੇ ਆਪਣਾ ਐਂਟਰੀ 8:30 ਐਂਟਰ ਹੋ ਜਾਣਾ ਜੀ ਅਸੀਂ ਚਾਜੂ ਪੀਣ ਲੈ ਪਾਣੇ ਜਾ ਕੇ ਸਾਡੇ ਚਾਹ ਦੇ ਕੇ ਚਾਹ ਪੀਏ ਮਾਈਏ ਚੱਲੇ ਬਾਕੀ ਲੰਗਰ ਪ੍ਰਸ਼ਾਦ ਉੱਧਰ ਛਕੂਗੇ ਜਾ ਕੇ ਉੱਧਰ ਛਕਣਾ ਜਿਹੜਾ ਉੱਧਰ ਹੀ ਛਕੂਗੇ ਜੀ ਚੱਲੀ ਬਾ ਚੱਲੀ ਚਲੋ ਜੀ ਬੋਲੇ ਸੋਨੇ ਹਾਲ ਸਰਿਆਨਾਦ ਕਿਆ ਬਟੂ ਕੋ ਤੇ ਕੋਲ ਪਰਸ ਮੇਰਾ ਮੇਰੇ ਕੋਲੇ ਦੋ ਜੀ ਆਪਾਂ ਨੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਜੀ। ਬਾਈ ਆਪਾਂ ਨੇ ਮੱਥਾ ਟੇਕ ਲਿਆ ਜੀ ਹੁਣ ਬਸ ਹੁਣ ਜਾਣ ਦੀਆਂ ਤਿਆਰੀਆਂ ਕਰਤਾਰਪੁਰ ਸਾਹਿਬ ਨੂੰ। ਹਾਂਜੀ ਚਾਹ ਪੀ ਲਈ ਆਪਾਂ ਨੇ ਤੇ ਚੱਲਦੇ ਹਾਂ ਤੇ ਬਾਈ ਜੇ ਕਿਸੇ ਨੇ ਆਉਣਾ ਹੋਵੇ ਜੇ ਕਿਸੇ ਨੇ ਕਰਤਾਰਪੁਰ ਸਾਹਿਬ ਜਾਣਾ ਹੋਵੇ ਉਰੇ ਆ ਕੇ ਸਟੇ ਕਰ ਸਕਦਾ ਇੱਕ ਦਿਨ ਪਹਿਲਾਂ ਉਰੇ ਕਮਰੇ ਵਧੀਆ ਜਗ੍ਹਾ ਬਹੁਤ ਸ਼ਾਂਤੀ ਆ। ਹਾਂਜੀ ਹਾਂਜੀ ਉਰੇ ਸਾਈਡ ਪਰ ਗੁਰਦੁਆਰਾ ਸਾਹਿਬ ਰਹਿ ਜਾਂਦਾ ਬਾਰਡਰ ਤੇ ਚਲੇ ਜਾਂਦਾ ਹੈ ਇਹਦੇ ਕਰਕੇ ਸੰਗਤ ਉਰੇ ਘੱਟ ਹੁੰਦੀ ਥੋੜ੍ਹੀ ਜੀ ਅਤੇ ਗੁਰਪੁਰਬ ਨੂੰ ਜਾਂ ਹੋਰ ਸਗਾ ਉਹ ਪ੍ਰੋਗਰਾਮ ਹੁੰਦੇ ਆ ਕੋਈ ਅਤੇ ਉਹਦੇ ਵਿੱਚ ਜ਼ਿਆਦਾ ਸੰਗਤ ਆ ਜਾਂਦੀ ਸੰਗਤ ਆ ਜਾਂਦੀ ਆ। ਹਾਂ ਇਹਦੇ ਕਰਕੇ ਸੰਗਤ ਘੱਟ ਆਈ ਅਤੇ ਬਹੁਤ ਵਧੀਆ ਰਹੀ ਰਾਤ ਧੁੰਦ ਬਹੁਤ ਪਈ ਵੀ ਅੱਜ। ਹਾਂ ਅੱਜ ਧੁੰਦ ਬਹੁਤ ਵਧੀਆ ਬਹੁਤ ਵਧੀਆ ਪਈ ਵੀ ਆ ਜ਼ਿਆਦਾ ਪਈ ਹੋਈ ਆ ਜੀ ਅਤੇ ਮਾੜਾ ਜਿਹਾ ਕੈਮਰੇ ਸਾਫੇ ਚਾਹੀਦੇ ਆ ਕੈਮਰੇ ਸਾਫੇ ਚਾਹੀਦੇ। ਹਾਂ ਫਿਰ ਧੁੰਦ ਆਈ ਜਾਂਦੀ ਆ ਆਈ ਜਾਂਦੀ ਆ ਤੇ ਬਾਕੀ ਦਿਖਾਉਂਦੇ ਆ ਵੀ ਸਾਡੇ ਤਾਂ ਗੱਦੇ ਵੀ ਗਿੱਲੇ ਹੋ ਗਏ ਟਰਾਲੀ 'ਚ। ਹਾਂਜੀ ਹੁਣ ਦੇਖਦੇ ਕੋਈ ਕੱਲ ਆਉਂਦੇ ਸਿਸਟਮ ਇਹਨੂੰ ਪੁੱਠੇ ਕਰਦੇ ਆ ਗੱਦਿਆਂ ਨੂੰ। ਹਾਂਜੀ ਹਾਂਜੀ ਤੇ ਚੱਲ ਤੇ ਬਾਕੀ ਇੱਕ ਫੋਟੋ ਕਾਪੀ ਕਰਾਉਣੀ ਯਾਰ ਫੋਟੋ ਕਾਪੀ ਰਾਤ ਬਾਈ ਇੱਕ ਬੰਦੇ ਨੇ ਸਾਡੀਆਂ ਦੋ ਡਬਲ ਡਬਲ ਫੋਟੋ ਕਾਪੀਆਂ ਕਰਤੀਆਂ ਆ ਜੱਗਾ ਵਿਚਾਰਾ ਰਹਿ ਗਿਆ ਮੇਰਾ ਕੋਈ ਵੀ ਨਹੀਂ ਪ੍ਰੂਫ ਕਰਾ ਕੇ ਲਿਆ ਜੀ ਫੋਟੋ ਕਾਪੀਆਂ। ਚਲੋ ਕੋਈ ਨਹੀਂ ਆਪਾਂ ਜਾਣ ਲੱਗੇ ਕਰਾ ਲੈਣੀ ਚਲ ਦੇਖਦੇ ਆ ਹੁਣ ਜੇ ਦੁਕਾਨ ਖੁੱਲ ਗਈ ਹੋਵੇ 7:30 ਹੋ ਗਏ ਜਾਨੀ ਕਿ ਟਾਈਮ ਵੀ ਹੋ ਗਿਆ ਚਲੋ ਹੁਣ ਚੱਲਦੇ ਟਰਾਲੀ ਕੋਲ ਸਾਨੂੰ ਦਿਖਾਉਂਦੇ ਆ ਚੱਲਦੇ ਆ ਜੀ ਫਿਰ ਬਣੇ ਰਹੋ ਵੀਡੀਓ ਦੇ ਨਾਲ। ਲਓ ਜੀ ਚਾਹ ਪੀ ਲਈ ਆਪਾਂ ਨੇ। ਹਾਂਜੀ ਤੇ ਕੰਟੀਨ 'ਚ ਚਾਹ ਪੀ ਲਈ ਬਾਈ ਸਾਰਿਆਂ ਨੇ ਤੇ ਲੱਗੇ ਆ ਜੀ ਹੁਣ ਐਂਟਰੀ ਹੋਣ ਤੇ ਚੱਲਦੇ ਆ ਸਾਰੇ ਲਾਗੇ ਲਾਈਨ 'ਚ ਆਪਾਂ ਹੀ ਰਹਿ ਗਏ ਪਿੱਛੇ। ਚਲੋ ਚਲੋ ਹਾਂ ਬਣਾਇਆ ਬਹੁਤ ਵਧੀਆ ਬਾਈ ਐਨ ਗੋ ਬਾਈ ਧੁੰਦ ਤਾਂ ਨਹੀਂ ਤਾਂ ਵਿਊ ਬਹੁਤ ਵਧੀਆ ਆਵੇ ਲਿਆ ਬਾਈ ਦੇਖੀ ठंड तो कुछ नहीं थी कल दिन च आ गए डेरा बाबा नानक।
ਰਾਤ ਇੱਥੇ ਸਟੇ ਸੀ ਸਾਡੀ ਡੇਰਾ ਬਾਬਾ ਨਾਨਕ ਜੀਰੋ ਲੈਣ ਆ ਗਈ ਲੋ ਜੀ ਬਾਈ ਐਂਟਰੀ ਹੋਣ ਲੱਗੀ ਜੀ ਪਾਕਿਸਤਾਨ ਇੰਡੀਆ ਲੰਘ ਗਿਆ ਆ ਜੀਰੋ ਲੈਣ ਆ ਗਈ ਬਾਈ ਇਹ ਆਹ ਦੇਖ ਕਾਲੇ ਬਾਈ ਇਹ ਦੋਨੋਂ ਸਾਈਡ ਖੜੇ ਆ ਹਾਂਜੀ ਦੋਨੋਂ ਸਾਈਡ ਖੜੇ ਆ ਜੀ ਵੀਲ ਚੇਅਰ 'ਤੇ ਵੀ ਲੈ ਜਾਂਦੇ ਹਾਂ ਜੀ ਆ ਪਾਕਿਸਤਾਨ ਦੇ ਵੀਰ ਹੈ ਆਰਮੀ ਖੜੀ ਹੈ ਜੀ ਪਾਕਿਸਤਾਨ 'ਚ ਐਂਟਰ ਹੋ ਗਏ ਬਾਈ ਆਪਾਂ ਇੰਡੀਆ ਉੱਧਰ ਰਹਿ ਗਿਆ ਹੈਂ ਲੋ ਜੀ ਅਰਸ਼ ਵੀਰ ਰਹਿ ਗਿਆ ਪਿੱਛੇ ਨਾ ਉਹ ਤੋਰਤੀ ਦੂਜੀ ਗੱਡੀ ਤੁਹਾਡੇ ਕਰਕੇ ਖੜੇ ਰਹੇ ਸੀ ਅੱਛਾ ਜੀ ਤੁਸੀਂ ਤਾਂ ਬੈਠਣ ਲੱਗੇ ਤੇ ਉਹ ਭਰ ਗਈ ਉਹ ਭਰ ਗਈ ਉਹ ਭਰ ਗਈ ਉਹ ਪਾਕਿਸਤਾਨ ਤੇ ਖੜੇ ਆ ਧਰਤੀ ਦੇ ਆਪਾਂ ਵੱਖਰੀ ਆ ਨਵੀਂ ਕੰਟਰੀ ਆਏ ਆ ਇਹ ਵੀ ਧਰਤੀ ਆਪਣੀ ਉਧਰਲੀ ਵੀ ਆਪਣੀ ਆ ਬਈ ਕੋਈ ਫਰਕ ਨਹੀਂ ਹੈਗਾ ਇੱਕ ਮੈਸੇਜ ਦੇ ਜਾਵੇ ਨਾ ਨਾ ਜਿਹੜਾ ਲਈਆਂ ਹੋਈਆਂ ਉਹਨਾਂ ਨੂੰ ਪੁੱਛ ਕੇ ਦੇਖੋ ਔਖਾ ਹੀ ਬਹੁਤ ਆਈ ਜਿੰਨੇ ਮਰਜ਼ੀ ਬਜ਼ੁਰਗ ਹੋਵੇ ਆ ਸਕਦੇ ਆ ਤੇ ਬਾਕੀ ਖੇਤ ਦਿਖਾਉਣੇ ਆ ਉੱਧਰ ਜਾ ਕੇ ਪਾਕਿਸਤਾਨ ਦੇ ਹੈ ਜੀ ਹਾਂ ਇੱਧਰ ਖੇਤ ਆ ਗਏ ਉਹੀ ਕਣਕਾਂ ਹੈ ਮਾਤਾ ਜੀ ਕਿੰਨੀ ਉਮਰ ਆਈ ਅੱਛਾ ਜੀ ਕਿੱਥੇ ਤੋਂ ਆਈ ਅੱਛਾ ਜੀ ਠੀਕ ਹੈ ਲੋਕਲ ਫਿਰ ਤਾਂ ਲਾ ਕੇ ਜਾਣਾ ਜੀ ਪਹਿਲਾਂ ਵੀ ਗਏ ਜੀ ਕਿ ਅੱਜ ਪਹਿਲੀ ਵਾਰੀ ਠੀਕ ਹੈ ਪਾਕਿਸਤਾਨ ਵਾਲੀ ਆ ਗਈ ਵੀਰੇ ਉਹ ਪਾਕਿਸਤਾਨ ਗੁਰਦੁਆਰਾ ਸਾਹਿਬ ਆਦਰਿਸ਼ ਉਹ ਬਾਈ ਠੰਡ ਲੱਗ ਗਈ ਓਏ ਬਾਈ ਹੌਲੀ ਓਏ ਹੌਲੀ ਹਾਂਜੀ ਅਨੀ ਜੀ ਬਹੁਤ ਵਧੀਆ ਚੀਜ਼ ਆ ਬਾਈ ਗੱਡੀਆਂ ਦੀ ਫ੍ਰੀ ਸੇਵਾ ਹੈ ਹਾਂ ਸਾਰੇ ਆਓ ਟੈਨਸ਼ਨ ਫ੍ਰੀ ਹੋ ਕੇ ਆਓ ਕੋਈ ਐਡੀ ਬੜੀ ਗੱਲ ਨਹੀਂ ਅਤੇ ਆਪਾਂ ਨੇ ਸਟੈਂਪ ਵਾਲਾ ਚੱਕਰ ਆ ਉਹ ਵੀ ਦਿਖਾਉਂਗੇ ਸਟੈਂਪ ਸਟੂਪ ਕੁਛ ਨਹੀਂ ਲੱਗਦੀ ਜੀ ਉਹ ਵੀ ਦਿਖਾਉਂਗੇ ਪਾਸਪੋਰਟ 'ਤੇ ਹਾਂਜੀ ਹਾਂ ਅਤੇ ਬਾਕੀ ਮੂਹਰੇ ਬੈਠੇ ਬੰਦੇ ਆਪਣੇ ਜੀ ਹਾਂਜੀ ਲਓ ਜੀ ਬਾਈ ਜੀ ਆਪਣਾ ਸਾਰਾ ਕੁਝ ਓਕੇ ਹੋ ਗਿਆ ਲਓ ਜੀ ਕਰੰਸੀ ਲੱਗੇ ਚੇਂਜ ਕਰਨਾ ਕਰੰਸੀ ਚੇਂਜ ਕਰਾਉਣ ਲੱਗੇ ਆਪਾਂ ਪਾਕਿਸਤਾਨ 'ਚ ਕਿੰਨੇ ਕਰਾਉਣੇ ਅੱਗੇ ਕਰਾਉਣੇ ਆ ਬਾਈ ਡਬਲ ਬਣ ਜਾਂਦਾ ਹੈ ਹਜ਼ਾਰ ਕਿੰਨਾ ਮੇਰੇ ਕੋਲ ਮੈਂ 2000 ਕਰਨ ਲੱਗਿਆ ਚੱਲ ਮੈਂ ਮੇਰੇ ਕੋਲ 4000 ਕਰਾਉਣ ਲੱਗਿਆ 8000 ਬਣ ਜਾਣਾ 4000 ਦਾ 8000 ਬਣ ਜਾਣਾ 8000 ਬਣ ਜਾਣਾ ਵੀ ਫਟੋ ਮੁੜਨੇ ਤੇ ਹਟ ਜਾਣਾ ਕਹਿੰਦਾ ਪਾਕਿਸਤਾਨ ਤੇ ਆਉਣਾ ਮੈਂ ਨਹੀਂ ਆਉਣਾ ਚਲੋ ਬਾਈ ਕਰਾਉਂਦੇ ਚੇਂਜ ਇੱਧਰ ਕਾਲਾ ਬਾਈ ਨੂੰ ਮਿਲੋ ਜੀ ਕਾਲਾ ਵੀ ਲੱਗਿਆ
ਪੈਸੇ ਤਾਂ ਲਾ ਲਏ ਯਾਰ ਕਹਿੰਦੇ ਚਾਰ ਜਗ੍ਹਾ ਬਾਈ ਕਿੰਨੇ ਲੱਗੇ ਇੱਕ ਚੇਂਜ ਕਰਾਣਾ ਕਿੰਨੇ ਲੱਗੇ ਇੱਕ ਚੇਂਜ ਕਰਾਣਾ 8000 ਮਿਲ ਜਾਣਾ ਆਪਾਂ ਦੁੱਗਣੇ ਕਰਕੇ ਲਿਖੇ ਜਾਣੇ ਹਾਂ ਮੜ ਲੱਗੇ ਇੱਕ ਗੱਲ ਹੋਰ ਆ ਇਹ ਕਹਿੰਦੇ ਨਾ ਇੰਡੀਆ ਉਧਰ ਕਹਿਤਾ ਤਾਂ ਮੈਨੂੰ ਸੁਣਦਾ ਹੀ ਨਹੀਂ ਵੀ ਕਰੰਸੀ ਨਹੀਂ ਲੈ ਕੇ ਆਉਣੀ ਪਾਕਿਸਤਾਨੀ ਤੇ ਇੱਕ ਮਿੱਟੀ ਲੈ ਕੇ ਆਉਣੀ ਮਿੱਟੀ ਨਹੀਂ ਲੈ ਕੇ ਆਉਣੀ ਕਿਤੇ ਬਾਬਾ ਨੇ ਕਿਹਾ ਫਰੂਟ ਦੱਸ ਅੱਛਾ ਮਿੱਟੀ ਨਾਲ ਵੇਚਣ ਲੱਗੀ ਬੈਠੀ ਆ ਇਸ਼ੂ ਕਰਦੇ ਆ ਜੀ ਫਰੂਟ ਪਿੰਡ ਤੋਂ ਲੈ ਕੇ ਆ ਫਰੂਟ ਵੀ ਲੈ ਕੇ ਫਰੂਟ ਵੀ ਲਿਆ ਸਕਦੇ ਜਾਂ ਹੋਰ ਸਮਾਨ ਲਿਆਉਂਗੇ ਉਹਦੇ ਪਰ ਟੈਕਸ ਲੱਗੂਗਾ ਕਹਿੰਦੇ ਅੱਛਾ ਜੇ ਆਪਾਂ ਚੀਜ਼ ਕੋਈ ਖਰੀਦਦੇ ਵੀ ਲਿਆਉਂਗੇ ਹੈ ਟੈਕਸ ਲੱਗਦਾ ਹਾਂ ਟੈਕਸ ਲੱਗਣਾ ਕਹਿੰਦੇ ਲੱਗਣਾ ਫੀਸ ਲੱਗਣੀ ਨਾ ਇੰਡੀਆ ਵਾਲੇ ਫੀਸ ਕੱਟੂਗੇ ਚਲੋ ਬਈ ਦੇਖਦੇ ਬਾਕੀ ਕੀ ਬਣਦਾ ਬਾਈ ਲਓ ਜੀ ਹੁਣ ਜੱਗਾ ਲੱਗਿਆ ਕਰਾਉਣ ਲੱਗੇ ਕਿੰਨੀ ਮੈਚ ਕੀ ਫਿਰ ਤਾਂ ਚੱਲੀਏ ਪਿੱਛੇ ਨੂੰ ਚੱਲੀਏ ਪਿੱਛੇ ਨੂੰ 5000 ਹੋ ਗਿਆ ਕੱਟਾ ਨਾ ਉਰ ਤਾਂ ਡਬਲ ਹੋ ਜਾਣਾ ਆਪਾਂ ਨੇ ਅੱਗੇ ਹੀ ਜਾਣਾ ਹੁਣ ਹੁਣ ਪਿੱਛੇ ਨਹੀਂ ਜਾਣਾ ਹੁਣ ਡਬਲ ਹੋ ਜਾਣਾ 10000 ਰੁਪਇਆ ਹੋ ਜਾਣਾ 88187 ਜਿੱਦਣ ਦਾ ਬਣਾਇਆ ਇੱਧਰ ਆਪਣੇ ਫੇਵਰੇਟ ਜੇ ਯੂਟਿਊਬਰ ਆ ਉਹਨਾਂ ਦੀ ਫੋਟੋ ਲੱਗੀ ਦਿਖਾਈ ਜੀ ਤਾਂ ਬਾਈ ਕਿਹੜੇ ਆ ਅੱਛਾ ਪੰਜਾਬੀ ਟਰੈਵਲਰ ਹਾਂ ਪੰਜਾਬੀ ਟਰੈਵਲਰ ਖੁਸ਼ੀ ਤੇਰਪਲ ਖੁਸ਼ੀ ਤੇਰਪਲ ਪਹਿਲਾਂ ਆਏ ਉੱਥੇ ਉਹ 4-5 ਮਹੀਨੇ ਪਹਿਲਾਂ ਆਏ ਤੇ ਹੁਣ ਉਹ ਕਰਤਾਰਪੁਰ ਇਹਨਾਂ ਨਨਕਾਣਾ ਸਾਹਿਬ ਜਾ ਕੇ ਖੁਸ਼ੀ ਜਾ ਕੇ ਆਈ ਹੈ ਤੇਰਪਲ ਗਿਆ ਨਹੀਂ ਉਹਨਾਂ ਡਿਜ਼ਾਈਨ ਤਾਂ ਲੱਗੇ ਡਿਜ਼ਾਈਨ ਲੱਗੇ ਬਾਈ ਬਹੁਤ ਵਧੀਆ ਬਲੌਗ ਸੀ ਬਾਈ ਸਾਰੇ ਵਧੀਆ ਦੇਖੇ ਆ ਦਰਸ਼ਨ ਹੋਏ ਆ ਪਾਕਿਸਤਾਨ ਸਾਰਾ ਜੇ ਉਹਨਾਂ ਨੇ ਕਰਾਏ ਚਲੋ ਵੀ ਦੇਖਦੇ ਹਾਂ 9464 ਲਓ ਜੀ ਬਾਕੀ ਤਾਂ ਠੀਕ ਹੈ ਉੱਪਰ ਲਾ ਕੇ ਦੇਤਾ ਦੇਖ ਲਾ ਨੋਟ ਹੈ ਪਿੰਡਾਂ ਵਾਲੇ ਆ ਸੀਗਾ ਇਹ ਕੁਝ ਦੇਖਦੇ ਆ ਫਿਰ ਆਹੀ ਤਾਂ ਚੀਜ਼ਾਂ ਆ ਕਿਤੇ ਸਾਡੇ ਕੋਲੇ ਰਹਿ ਜਾਵੇ ਸਾਨੂੰ ਉੱਧਰ ਲਿਜਾਣਾ ਪੈ ਜਾਵੇ ਆ ਦੇਖੋ ਆ ਵੀ ਪਟਿਆਲਾ ਚੇਂਜ ਕਰਾਉਣਾ ਦੇਖੋ ਪਟਿਆਲਾ ਬਾਈ ਆ ਨੋਟ ਪਟਿਆਲਾ ਹਾਂਜੀ ਐਮ ਪੈਸੇ ਤੋਂ ਸਾਨੂੰ ਦੱਸੇ ਅਸੀਂ ਨਾ ਨਵੇਂ ਲੋਕਾਂ ਤੁਸੀਂ ਬੜਾ ਕਰਦਾ ਕੰਮ ਕਰੀ ਹਾਂ ਮੈਂ ਤਾਂ ਚੈੱਕ ਕਰਦਾ ਬੋਲਦੇ ਯਾਰ ਹੁਣੀ ਆ ਪਟਿਆਲਾ ਨੋਟ ਬਾਈ ਤੁਸੀਂ ਵੀ ਚੈੱਕ ਕਰ ਲਓ ਬਾਈ ਪਟਿਆਲਾ ਦੇਤਾ ਆ ਚੇਂਜ ਕਰਿਓ ਸਰ ਆਪਣੇ ਤਾਂ ਓਕੇ ਹੈ ਲੋ ਜੀ ਐਂਟਰੀ ਹੋ ਗਈ ਆਪਣੀ ਹਨਾ ਲੋ ਜੀ ਅਸੀਂ ਆ ਕੇ ਬਾਹਰ ਆਉਣਾ ਹਾਂਜੀ ਉਹ ਖੜੀ ਬਸ ਬੰਦੇ ਹੋਵੇ ਸਾਡੇ ਕਾਲੇ ਕਰੰਸੀ ਵੀ ਚੇਂਜ ਕਰਤੀ ਕਰੰਸੀ ਚੇਂਜ ਕਰਤੀ ਸਾਰਾ ਕੰਮ ਓਕੇ ਹੋ ਗਿਆ ਤੇ ਆਪਾਂ ਨੇ ਹੁਣ ਆ ਕਾਰਡ ਪਾ ਲਏ ਬਾਈ ਕਾਰਡ ਪਾ ਲਏ ਹੁਣ ਆਪਾਂ ਨੇ ਚੱਲੇ ਹਾਂਜੀ ਆ ਜਾਓ ਬਈ ਚੱਲੀਏ ਲੈਣੀ ਹੋ ਜਿੱਦੀ ਬਸ ਮੰਗਦੇ ਆ ਵਧੀਆ ਬਸ ਆਈ ਮੈਂ ਕਹਿੰਦਾ ਇਹ ਕਿ ਉਧਰ ਚੱਲਦੀ ਨਹੀਂ ਪੇਟਾਂ ਤੇ ਜਾਂਦੀ ਆਵਾਜ਼ ਨਹੀਂ ਆਉਂਦੀ ਹਾਂ ਦੇਖ ਚੱਲ ਪਏ ਜਾ ਰਹੇ ਆ ਖੇਤ ਦੇਖ ਲਓ ਕਣਕ ਦੇਖ ਲਓ ਜੀ ਇੱਧਰ ਇੱਧਰ ਵੀ ਤਾਰ ਲੱਗੀ ਹੋਈ ਹੈ ਆਲੂ ਲੱਗਿਆ ਹੋਇਆ ਬਾਈ ਆਲੂ 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 ਦੇਖ ਲਾ ਆਲੂ ਆਲੂ ਵੀ ਦਰਿਆ ਆਉਣਾ ਗਾ ਹਾਂ ਰਾਵੀ ਦਰਿਆ ਆਉਣਾ ਰਾਵੀ ਆ ਦਰਿਆ ਲੰਘ ਗਿਆ ਜੀ ਪਾਣੀ ਤਾਂ ਘੱਟੇ ਆ ਜੀ ਝੂੰਡੇ ਝੂੰਡ ਖੜਾ ਬਾਈ ਬਾਈ ਮਾਸੜ ਬੈਠਾ ਮੂਹਰੇ ਕਹਿੰਦਾ ਬਸ ਵਜਾਉਂਦਾ ਨਹੀਂ ਆਏ
तो जी पहुंच गए गुरुद्वारा साहब सामने आ गई करतारपुर साहब पहुंच गए दर्शन ही ड्यूटी उ बस रुकूगी आगे घूमूगी बस उ पहुंच गए हूं गुरुद्वारा दरबार साहब पहुंच गए आप बाकी हूं दिखाते थोनू अंदर जाके करते बी दर्शन जो वधिया ही दर्शन हो जाए आराम नाल बैठ के दस चंगी तरह हो जाऊंगा यार। हां जी फिर भीड विच भी क्या फायदा जिन फिर एंट्री में टाइम लगता उन्ना ही भी खड़ना पैना लाइन च यार। हां जी हां ना मान ले आप हम पहला आ गए 2 घंटे पीछे खड़ना पैना थोड़ा आधा पौना घंटा और खर्चना पैना जो पहला आ गए उन्ना टाइम आप गुरुद्वारा दर्शन कर लो है ना। हां जी हां जी एनआई इधर नु एंट्री आ पासपोर्ट ने कागजात ने वो संभाल लो हूँ उन्होंने किसी किस्म की कोई चैकिंग नहीं उन्होंने अपने पाकट से अपने बैग से पा लो। ठीक है जी। आप जी ने जो कार्ड पहने हुए ने आप जी की पहचान ने कि आप जी साढ़े मेहमान ने ये कार्ड गुम नहीं करने चेंज नहीं करने। ठीक है। आप जी जो ही है दौड़ी का दरवाजा क्रॉस करेंगे आप जी की राइट साइड यानी कि सज्जी साइड से जोड़ा कार्ड आप जी उसे जोड़े जमा करा सकते हैं जोड़े जमा कराने बाद अगर हाथ धोने तो बाहर वाश बेसन लगा हुआ तुम उसे हाथ धो सकते हो। अगर आप जी कोई इजाफी समान है जैसे गठरी घर बनया हुआ उसे रख सकते हो अगर साथ लैके जाना चाहो तो साथ ही लैके जा सकते हो अगर आप जी कोई लंगर या रसद है तो मेरे पीछे सामने लंगर काउंटर बनया हुआ आप जी उसे लंगर रसद जमा करवा सकते हैं। लंगर काउंटर के बिल्कुल लैफ्ट साइड से सामने एक बरामद है उत्थे पहला साइनबोर्ड सरोवर साहब का आप जी सरोवर साहब जा सकते हैं। गुरुद्वारा साहब की मेन बिल्डिंग इस बिल्डिंग के बिल्कुल सेंटर च है यानी कि बिल्कुल दरमियान च है थोड़ा जहाँ अगे जाओगे गुरुद्वारा साहब के दर्शन होंगे आप जी गुरुद्वारा साहब जा सकते हैं। गुरुद्वारा साहब के बिल्कुल सामने खूह साहब ने आप जी खूह साहब के भी दर्शन कर सकते हैं उत्थे अमृत जल आप फ्री ऑफ कास्ट साथ लैके जा सकते हैं। अगर आप जी ने लंगर हाल जाना तो जो गुरुद्वारा साहब तो बाहर निकलोगे आप जी की लैफ्ट साइड से यानी कि खब्बी साइड से सामने एक बिल्डिंग है उत्ते लिखा करतारपुर करता वस्से उसकी बैक साइड से लंगर हाल है आप जी लंगर हाल जा सकते हैं। लंगर हाल तो बिल्कुल बैक साइड से कोल ही नेड़े मार्केट है आप जी मार्केट भी जा सकते हैं उत्थे बाहर लंगर हाल के बाद जोड़े पे देने इजाफी वो पा के तुसी मार्केट जा सकते हो। इत्थे वाशरूम दो जगह पर ने एक मार्केट के वाशरूम ने एक मेरे पीछे सामने वाइट कलर की बरामदा नुमा बिल्डिंग नज़र आ रही है बिल्कुल पिछे उसकी दोनों कारनर साइड यानी कि दोनों कोनिया से वाशरूम ने उत्थे भी इजाफी जोड़े पे देने तुसी वो इस्तेमाल कर सकते हो। सब तो अहम गल इतने आप जी का स्टे का टाइम लास्ट टाइम 4 बजे तक है अगर इस तो पहला भी जाना चाहो तो ऐसे जगह तो गड्डियां जांदियां ने आप जी जा सकते हैं। अगर आप जी ने खेती साहब जाना है इतने वापस आके जोड़े पा के सैकंड साइन बोर्ड नज़र आ रहा बाबा जी के बाहर सामने पैरों का निशान बनया हुआ है बिल्कुल नवाली कोल ही नेड़े निशान साहब खेती साहब इतने ने तुम इतों की भी जा सकते हो। अगर तुम इतों जोड़े पा के मार्केट जाना है यह सामने ट्रैक जा रहा है यदा सैकंड साइन बोर्ड एरो का निशान ग्रीन कलर का मार्केट का इतों भी जा सकते हो लंगर हाल के बिल्कुल नेड़े उसे जाना उतों भी जा सकते हो इतों की भी अगर अलहदा जाना हो इतों की भी तुम जा सकते हो। ठीक है। साड़ी अरदास है कि आप जी का जिन्ना भी इतने टाइम गुजरे अच्छा तो यादगार गुजरे एक दफ़ा फिर पाकिस्तान आमद से गुरुद्वारा साहब आमद से वेलकम खुश आमदीद जी थैंक यू जी धन्यवाद थोड़ा सत श्री अकाल। पहुंच गए भाई सामने दरबार साहब कराने जी थोन दरबार साहब के दर्शन तो गुरु नानक साहब जी ने बाबा जी ने
52 साल की उम्र भोगी सी ते उरे आके उन्होंने खेती करी ते इस नगर का ही करतारपुर साहब नाम रखिया ते उन्होंने खेती कई साल करी ते एक हुक्का दिता नाम जपो किरत करो बंड के छको ते हुक्का दिता सी ते वो सामने खूह आई उरे ते खेतां नूं गुरु नानक पातशाह बलदा नाल खेती करते रहे ते पानी लाउंदे रहे खेतां नूं ते ए एरिया जिकणा उधर डेरा बाबा नानक हो गया ए एरिए च खेती करते रहे उह ते बाद विच सिख कहिंदे ते जदों उमर भोग गया गुरु नानक देव जी ते कहिंदे सी वी सिख कहिंदे ते वी असीं संस्कार करना ते मुसलमान भाईचारा कहिंदा तां असीं वी दफनाउणा ऐ वी उह साडे वी गुरु सी ते बाद विच उन्होंने जदों चादर चक के देखिया ते फुल पए सी इत्थे ते फुल पए सी फिर सिखा ने अपना फुलां दा संस्कार करिया तां ते मुसलमाना ने उरे अपना दफनाया था दफनाया ते समाध बनी हुई मुसलमाना ने ते सिख भाईचारे ने उरे अंतिम संस्कार करिया तां उन्होंने ते कराउने आ ही अंदर जाके दर्शन दरबार साहब दे चलो वी चलिए लो जी टेक दे निशान साहब तो मत्था जी लो जी इधर मौसम भी रहा दरगाह जी दरगाह जी मुसलमान जी हूँ आ गया जी उपर देखो भाई किन्ने बाकी पुरानी चीज है मैं
इन्हों ने चलाया था करतारपुर साहब गुरद्वारा नष्ट करने लई ते बंब ने खूह दे विच गिर गया था नष्ट नहीं तो होया बंब चलिया ही नहीं था देख लो इन्नी शक्ति है जी इहदे करके उही बंब उरे लाया होया जी आ इतिहास लिखे आ सामने बंब चलिया नहीं था जी शक्ति है बंबा नाल देख लो जी पाकिस्तान वाले ने सारे इतिहास सामभ के रख्या होया गल पक्की है अगे देख रहा किवें हटदा उवें जिवें हैगा उवें दे उवें है भाई हां जे अपने होंदे तां कुछ ना कुछ उपर ला देना था कोई पासपोर्ट ते स्टैंप नहीं लगदी ननकाना साहब जे कदे होया तां उधर भी देखांगे उत्थे कोई गल नहीं स्टैंप लग जूंगी स्टैंप दा कोई चक्कर नहीं वैसे आपां मन च बढ़िया होया है कोई चक्कर नहीं वैसे जे होया उत्थे भी दर्शन करके आऊंगे जरूर अंदर मन च रखना चाहिए भाई सब कुछ सानू होर कंट्रीयां दा इन्ना चाह नहीं जिन्ना पाकिस्तान दा सही गल है ना कर लई दर्शन ते आपां ने खूह साहब दे भी दर्शन कर लई ते हुण सकदे आं लंगर चलो जी चलदे आं लंगर हाल च लो जी हम छकन लगे प्रसादा देखो ते अपना मुसलमान भी प्रसादा वरतांदे ते बाबा जी आ 20 रुपए दा चलाया लंगर भाई हुण तक चलदा भाई बाकी प्रसादा पानी सेवा भाई पूरी है लंगर प्रसादा छक लिया बंद आ गया रसोई घर गुरुद्वारा साहब की बाकी उधर सेवादार लगे हुए थे उन्हें प्रसादे ते ड्यूटी आ वो ड्यूटी वाले जी इन्होंने इधर लंगर हाल है जी इधर तैयार करते हैं पट्टियां चल रही हैं लंगर तैयार हो गया देखो भाई कितना साफ सुथरा काम है हाँ जी हाँ लो जी दर्शन कर लिए अपा ने लंगर प्रसादा भी छक लिया तो बाकी ये ब्लॉग थोड़ा लंबा हो जाना अगले ब्लॉग च पाऊंगे तो पाकिस्तान वीर मिलन आ रहे उन्होंने भी अगले ब्लॉग च मिलूंगे तो उरे दा बाजार दिखाने तो मिलते हैं अगली वीडियो सारे सत श्री अकाल जी वीडियो च कोई घाटा वाधा होया जी माफ़ी सारे गलती माफ़ करे जी सत श्री अकाल जी